ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ, ਸੁਣੋ ਇਹ ਗੱਲਾਂ। ਨੰਬਰ 1, ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ, ਜਿਸ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਨੂੰ ਬਿਮਾਰ ਹੋਣ ਤੋਂ ਬਚਾਉਂਦੇ ਹਨ। ਸਵੇਰੇ ਖਾਲੀ ਪੇਟ ਖਾਣ ਨਾਲ ਸਾਨੂੰ ਸਿਹਤ ਦੇ ਕਈ ਲਾਭ ਮਿਲਦੇ ਹਨ। ਨੰਬਰ 2, ਤੇਲ ਦੇ ਦਾਗਾਂ ਨੂੰ ਦੂਰ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਵਿਨੇਗਰ। ਜੇਕਰ ਦਾਗ ਹਲਕੇ ਹਨ ਤਾਂ ਵਿਨੇਗਰ ਦੇ ਵਿੱਚ ਅੱਧਾ ਪਾਣੀ ਮਿਲਾ ਲਓ, ਅਤੇ ਜੇਕਰ ਦਾਗ ਜ਼ਿਆਦਾ ਗਹਿਰੇ ਹਨ ਤਾਂ ਸਿਰਫ ਵਿਨੇਗਰ ਨਾਲ ਹੀ ਸਾਫ਼ ਕਰੋ। ਨੰਬਰ 3, ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਦੀ ਵਜ੍ਹਾ ਕਰਕੇ ਆਂਵਲਾ ਤਣਾਅ ਸੋਜ ਨੂੰ ਘੱਟ ਕਰਨ ਅਤੇ ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 4, ਗਰਮ ਪਾਣੀ ਪੀਣ ਨਾਲ ਤੁਸੀਂ ਸਰਦੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਫਲੂ, ਖੰਘ ਤੋਂ ਸਰਦੀ ਵਿੱਚ ਆਪਣਾ ਬਚਾਅ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਗਰਮ ਪਾਣੀ ਸਰਦੀਆਂ ਦੇ ਵਿੱਚ ਬਹੁਤ ਲਾਭਕਾਰੀ ਹੁੰਦਾ ਹੈ ਅਤੇ ਨਾਲ ਹੀ ਗਲੇ ਦੀ ਖਰਾਸ਼ ਤੋਂ ਵੀ ਰਾਹਤ ਦਿਵਾਉਂਦਾ ਹੈ। ਡਾਕਟਰ ਉਹਨਾਂ ਲੋਕਾਂ ਨੂੰ ਹਮੇਸ਼ਾ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਜਿਨ੍ਹਾਂ ਨੂੰ ਸਰਦੀ ਵਿੱਚ ਖਾਂਸੀ ਦੀ ਸ਼ਿਕਾਇਤ ਹੁੰਦੀ ਹੈ। ਨੰਬਰ 5, ਨਾਰੀਅਲ ਦਾ ਤੇਲ ਨਹੁੰ ਉੱਪਰ ਲਗਾਉਣ ਨਾਲ ਨਹੁੰ ਤੇਜ਼ੀ ਨਾਲ ਵਧਣ ਲੱਗ ਜਾਂਦੇ ਹਨ। ਨੰਬਰ 6, ਕਾਜੂ ਬਦਾਮ ਦੇ ਡੱਬਿਆਂ ਵਿੱਚ ਕੁਝ ਲੌਂਗ ਪਾ ਕੇ ਰੱਖ ਦਿਓ, ਉਹਨਾਂ ਨੂੰ ਕੀੜੇ ਨਹੀਂ ਲੱਗਣਗੇ। ਨੰਬਰ 7, ਜੇਕਰ ਤੁਹਾਨੂੰ ਵਾਰ ਵਾਰ ਖਾਂਸੀ ਜ਼ੁਕਾਮ ਹੋ ਰਿਹਾ ਹੈ ਤਾਂ ਸਵੇਰ ਦੇ ਟਾਈਮ 20 ਤੋਂ 25 ਮਿੰਟ ਤੱਕ ਧੁੱਪ ਵਿੱਚ ਬੈਠੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਭਾਰੀ ਮਾਤਰਾ ਵਿੱਚ ਵਿਟਾਮਿਨ ਡੀ ਮਿਲੇਗਾ ਜੋ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰੇਗਾ। ਨੰਬਰ 8, ਗ੍ਰੀਨ ਟੀ ਸਿਰਫ ਪੀਣ ਦੇ ਲਈ ਨਹੀਂ ਬਲਕਿ ਸਕਿਨ 'ਤੇ ਲਗਾਉਣ ਲਈ ਵੀ ਕੰਮ ਆਉਂਦੀ ਹੈ। ਗ੍ਰੀਨ ਟੀ ਸੂਰਜ ਦੀ ਰੌਸ਼ਨੀ ਤੋਂ ਤੁਹਾਡੇ ਚਿਹਰੇ ਨੂੰ ਬਚਾਉਂਦੀ ਹੈ, ਚਿਹਰੇ ਉੱਪਰ ਹੋਣ ਵਾਲੇ ਕਿੱਲ ਮੁਹੰਸਿਆਂ ਤੋਂ ਵੀ ਦੂਰ ਰੱਖਦੀ ਹੈ ਅਤੇ ਸਮੇਂ ਤੋਂ ਪਹਿਲਾਂ ਚਿਹਰੇ ਉੱਪਰ ਦਿਖਣ ਵਾਲੀਆਂ ਉਮਰ ਦੀਆਂ ਨਿਸ਼ਾਨੀਆਂ ਨੂੰ ਵੀ ਕੰਟਰੋਲ ਕਰਦੀ ਹੈ। ਨੰਬਰ 9, ਆਲੂ ਅਤੇ ਪਿਆਜ਼ ਨੂੰ ਕਦੇ ਵੀ ਇਕੱਠੇ ਇੱਕ ਟੋਕਰੀ ਵਿੱਚ ਨਹੀਂ ਰੱਖਣਾ ਚਾਹੀਦਾ, ਇਸ ਨਾਲ ਆਲੂ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦੇ ਹਨ। ਨੰਬਰ 10, ਹਲਦੀ ਨੂੰ ਮਸਾਲਿਆਂ ਦੀ ਰਾਣੀ ਕਿਹਾ ਜਾਂਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਬੇਸਣ ਦੇ ਨਾਲ ਮਿਲ ਕੇ ਸਾਡੀ ਸਕਿਨ ਨੂੰ ਨਿਖਾਰਦੇ ਹਨ ਅਤੇ ਸਕਿਨ ਵਿੱਚ ਜਾਨ ਆ ਜਾਂਦੀ ਹੈ। ਅਜਿਹਾ ਕੰਮ ਕੋਈ ਮਹਿੰਗੀ ਕਰੀਮ ਵੀ ਨਹੀਂ ਕਰ ਸਕਦੀ। ਨੰਬਰ 11, ਪਿਆਜ਼ ਨੂੰ ਫਰਾਈ ਕਰਦੇ ਸਮੇਂ ਉਸ ਵਿੱਚ ਇੱਕ ਚੁਟਕੀ ਸ਼ੱਕਰ ਪਾ ਦਿਓ, ਇਸ ਤਰ੍ਹਾਂ ਕਰਨ ਨਾਲ ਪਿਆਜ਼ ਜਲਦੀ ਅਤੇ ਕੁਰਕਰੇ ਬਣ ਜਾਣਗੇ। ਨੰਬਰ 12, ਜੇਕਰ ਤੁਸੀਂ ਸਫ਼ਰ ਦੇ ਲਈ ਸਬਜ਼ੀ ਬਣਾਉਂਦੇ ਹੋ, ਮਸਾਲਾ ਬਣਾਉਂਦੇ ਸਮੇਂ ਉਸ ਵਿੱਚ ਥੋੜ੍ਹਾ ਜਿਹਾ ਸਿਰਕਾ ਮਿਲਾ ਦਿਓ, ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਸਵਾਦ ਵੱਧ ਜਾਏਗਾ ਅਤੇ ਸਬਜ਼ੀ ਖਰਾਬ ਵੀ ਨਹੀਂ ਹੋਵੇਗੀ। ਨੰਬਰ 13, ਵੇਲਣ ਨੂੰ ਕੁਝ ਦੇਰ ਲਈ ਰੈਫਰੀਜਰੇਟਰ ਵਿੱਚ ਰੱਖਣ ਤੋਂ ਬਾਅਦ ਉਸ 'ਤੇ ਆਟਾ ਨਹੀਂ ਚਿਪਕੇਗਾ। ਨੰਬਰ 14, ਰੋਜ਼ਾਨਾ 10 ਮਿੰਟ ਫੇਸ ਐਕਸਰਸਾਈਜ਼ ਕਰਨ ਨਾਲ ਫੇਸ ਦੇ ਸਾਰੇ ਦਾਗ ਧੱਬੇ ਅਤੇ ਰਿੰਕਲ ਖਤਮ ਹੋ ਜਾਣਗੇ ਅਤੇ ਤੁਸੀਂ ਜੰਗ ਦਿਖਣ ਲੱਗ ਜਾਓਗੇ। ਨੰਬਰ 15, ਜੇਕਰ ਤੁਸੀਂ ਵਧੇ ਹੋਏ ਪੇਟ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ 2 ਟੁਕੜੇ ਗੁੜ ਦੇ ਖਾ ਕੇ ਪਾਣੀ ਪੀ ਲਵੋ। ਗੁੜ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ B1, ਵਿਟਾਮਿਨ B6 ਅਤੇ ਵਿਟਾਮਿਨ C ਹੁੰਦੇ ਹਨ ਜੋ ਐਕਸਟਰਾ ਕੈਲਰੀ ਨੂੰ ਬਰਨ ਕਰਨ ਵਿੱਚ ਮਦਦ ਕਰਦੇ ਹਨ। ਨੰਬਰ 16, ਪੱਤਾ ਗੋਭੀ ਦੀ ਸਬਜ਼ੀ ਬਣਾਉਂਦੇ ਸਮੇਂ ਉਸ ਵਿੱਚ 1/2 ਚਮਚ ਚੀਨੀ ਪਾ ਦਿਓ, ਸਬਜ਼ੀ ਦਾ ਰੰਗ ਬਰਕਰਾਰ ਰਹੇਗਾ ਅਤੇ ਟੇਸਟ ਵੀ ਵੱਧ ਜਾਵੇਗਾ। ਨੰਬਰ 17, ਗਲੋਇੰਗ ਸਕਿਨ ਦੇ ਲਈ ਟਮਾਟਰ ਦੇ ਰਸ ਵਿੱਚ 2 ਚਮਚ ਬੇਸਣ ਅਤੇ 3 ਬੂੰਦ ਬਦਾਮ ਦਾ ਤੇਲ ਮਿਲਾ ਕੇ 5 ਮਿੰਟ ਤੱਕ ਚਿਹਰੇ ਉੱਪਰ ਲਗਾਓ, ਫਿਰ ਚਿਹਰਾ ਧੋ ਲਓ, ਤੁਹਾਡਾ ਚਿਹਰਾ ਚਮਕਣ ਲੱਗ ਜਾਵੇਗਾ। ਨੰਬਰ 18, ਹਰੀ ਮੇਥੀ ਦੇ ਪੱਤਿਆਂ ਦੀ ਕੜਵਾਹਟ ਦੂਰ ਕਰਨ ਦੇ ਲਈ ਮੇਥੀ ਦੇ ਪੱਤਿਆਂ ਨੂੰ ਪਾਣੀ ਵਿੱਚ ਨਮਕ ਮਿਲਾ ਕੇ ਥੋੜ੍ਹੀ ਦੇਰ ਲਈ ਰੱਖ ਦਿਓ। ਨੰਬਰ 19, ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤਾਂਬੇ ਦੇ ਬਰਤਨ ਵਿੱਚ ਪਾਇਆ ਹੋਇਆ ਪਾਣੀ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਰਾਤ ਭਰ ਤਾਂਬੇ ਦੇ ਬਰਤਨ ਵਿੱਚ ਰੱਖਿਆ ਪਾਣੀ ਪੀਣ ਨਾਲ ਪੇਟ ਦਰਦ, ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ। ਨੰਬਰ 20,
ਕੱਚੇ ਦੁੱਧ ਵਿੱਚ ਚੀਨੀ ਮਿਲਾ ਕੇ ਫੇਸ ਉੱਪਰ ਮਸਾਜ ਕਰਨ ਨਾਲ ਚਿਹਰੇ ਉੱਪਰ ਚਮਕ ਆ ਜਾਂਦੀ ਹੈ। ਇਹ ਇੱਕ ਤਰ੍ਹਾਂ ਨਾਲ ਨੈਚੁਰਲ ਮੋਇਸਚਰਾਈਜ਼ਰ ਦਾ ਕੰਮ ਕਰਦਾ ਹੈ। ਨੰਬਰ 21, ਜ਼ਿਆਦਾ ਬੀਜ ਵਾਲੀਆਂ ਸਬਜ਼ੀਆਂ ਅਤੇ ਫਲ ਖਾਣ ਨਾਲ ਪਿੱਤੇ ਵਿੱਚ ਪੱਥਰੀ ਹੋ ਜਾਂਦੀ ਹੈ। ਨੰਬਰ 22, ਪਿਆਜ਼ ਦੇ ਰਸ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 23, ਜੇਕਰ ਤੁਸੀਂ ਆਪਣੇ ਵਾਲ ਸਫੈਦ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਲੂਆਂ ਦੇ ਉਬਲੇ ਹੋਏ ਪਾਣੀ ਨਾਲ ਵਾਲ ਧੋਣ ਨਾਲ ਬਹੁਤ ਫਾਇਦਾ ਹੋਵੇਗਾ। ਨੰਬਰ 24, ਤੇਜ ਪੱਤੇ ਨੂੰ ਬਰੀਕ ਪੀਸ ਕੇ ਹਰ ਤੀਜੇ ਦਿਨ ਮੰਜਣ ਕਰਨ ਨਾਲ ਦੰਦ ਚਮਕਦਾਰ ਹੋ ਜਾਂਦੇ ਹਨ। ਨੰਬਰ 25, ਜਿਨ੍ਹਾਂ ਨੂੰ ਪੇਟ ਦੀਆਂ ਪਰੇਸ਼ਾਨੀਆਂ ਹਨ ਉਹਨਾਂ ਨੂੰ ਖੂਬ ਪਾਣੀ ਪੀਣਾ ਚਾਹੀਦਾ, ਇਸ ਦੇ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਨੰਬਰ 26, ਓਟਸ ਦੀ ਰੋਟੀ ਖਾਣ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਅਤੇ ਇਮਿਊਨਿਟੀ ਬੂਸਟ ਕਰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। ਓਟਸ ਵਿੱਚ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਨੰਬਰ 27, ਜਾਮਣ ਦੇ ਬੀਜ ਨੂੰ ਬਰੀਕ ਪੀਸ ਕੇ ਦਹੀਂ ਦੇ ਨਾਲ ਖਾਣ ਨਾਲ ਪੱਥਰੀ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ। ਨੰਬਰ 28, ਬਿਨਾਂ ਕਲੌਂਜੀ ਵਾਲਾ ਅਚਾਰ ਹਾਨੀਕਾਰਕ ਹੁੰਦਾ ਹੈ। ਨੰਬਰ 29, 2 ਚਮਚ ਸੇਬ ਦਾ ਸਿਰਕਾ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੋ ਜਾਂਦਾ ਹੈ। ਨੰਬਰ 30, ਜ਼ਿਆਦਾ ਗਰਮ ਖਾਣਾ ਖਾਣ ਨਾਲ ਜਲਦੀ ਬਿਮਾਰੀ ਹੋ ਜਾਂਦੀ ਹੈ ਅਤੇ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 31, ਸਫੇਦ ਛੋਲੇ ਖਾਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਇਹ ਗੱਲਾਂ ਸੁਣ ਕੇ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਨਹੀਂ ਘਬਰਾਓਗੇ। ਨੰਬਰ 1, ਇਸ ਦੁਨੀਆ ਵਿੱਚ ਸਭ ਤੋਂ ਸਸਤੀਆਂ ਹਨ ਭਾਵਨਾਵਾਂ, ਪਰ ਉਹ ਇਨਸਾਨ ਸਭ ਤੋਂ ਚੰਗਾ ਹੈ ਅਤੇ ਅਨਮੋਲ ਹੈ ਜਿਹੜਾ ਭਾਵਨਾਵਾਂ ਨੂੰ ਸਮਝਦਾ ਹੈ। ਨੰਬਰ 2, ਚੰਗੇ ਇਨਸਾਨ ਦੇ ਅੰਦਰ ਵੀ ਬੁਰੀਆਂ ਆਦਤਾਂ ਹੁੰਦੀਆਂ ਹਨ, ਪਰ ਉਹ ਸਾਰਿਆਂ ਨੂੰ ਚੰਗਾ ਸਮਝਦਾ ਹੈ। ਨੰਬਰ 3, ਕਿਸੇ ਨੂੰ ਮਾਫ਼ ਕਰਨ ਤੋਂ ਬਾਅਦ ਵੀ ਉਸ ਇਨਸਾਨ ਦੇ ਸੁਭਾਅ ਵਿੱਚ ਬਦਲਾਅ ਨਾ ਆਉਣਾ ਤੁਹਾਨੂੰ ਇੱਕ ਹੋਰ ਧੋਖਾ ਮਿਲਣ ਦਾ ਸੰਕੇਤ ਹੈ। ਨੰਬਰ 4, ਹਰੇਕ ਇਨਸਾਨ ਵਿੱਚ ਖੂਬੀਆਂ ਵੀ ਹੁੰਦੀਆਂ ਹਨ ਅਤੇ ਖਾਮੀਆਂ ਵੀ, ਫਰਕ ਸਿਰਫ ਇੰਨਾ ਦੂਰ ਤੋਂ ਖੂਬੀਆਂ ਅਤੇ ਨੇੜਿਓਂ ਖਾਮੀਆਂ ਨਜ਼ਰ ਆਉਂਦੀਆਂ ਹਨ। ਨੰਬਰ 5, ਪੈਸਾ ਵੀ ਉਹੀ ਜਿਹੜਾ ਕੋਲ ਹੈ, ਤਾਕਤ ਵੀ ਉਹੀ ਜਿਹੜੀ ਹੱਥ ਵਿੱਚ ਹੈ, ਆਪਣੇ ਵੀ ਉਹੀ ਜਿਹੜੇ ਮਾੜੇ ਚੰਗੇ ਸਮੇਂ ਵਿੱਚ ਨਾਲ ਖੜੇ ਹਨ। ਨੰਬਰ 6, ਜਦੋਂ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ ਤਾਂ ਬਾਹਰੋਂ ਚੁੱਪ ਰਹਿਣ ਲੱਗ ਜਾਂਦਾ ਹੈ। ਨੰਬਰ 7, ਸਾਰਿਆਂ ਦੇ ਦਿਲ ਦਾ ਅਹਿਸਾਸ ਅਲੱਗ ਹੁੰਦਾ ਹੈ, ਸਾਰੀ ਦੁਨੀਆ ਵਿੱਚ ਹਰੇਕ ਦਾ ਵਿਵਹਾਰ ਅਲੱਗ ਹੁੰਦਾ ਹੈ। ਅੱਖਾਂ ਤਾਂ ਸਾਰਿਆਂ ਦੀਆਂ ਇੱਕ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਦੇਖਣ ਦਾ ਨਜ਼ਰੀਆ ਅਲੱਗ ਅਲੱਗ ਹੁੰਦਾ ਹੈ। ਨੰਬਰ 8, ਇਹ ਮਸ਼ੀਨੀ ਯੁੱਗ ਹੈ, ਇੱਥੇ ਇੱਕ ਉਂਗਲੀ ਨਾਲ ਹੀ ਡਿਲੀਟ ਕਰ ਦਿੱਤੀ ਜਾਂਦੀ ਹੈ 4 ਦਿਨਾਂ ਦੀ ਮੁਲਾਕਾਤ। ਨੰਬਰ 9, ਸਾਰਾ ਪਰਿਵਾਰ ਆਪਸ ਵਿੱਚ ਮਿਲ ਜੁਲ ਕੇ ਰਹੋ, ਕੋਸ਼ਿਸ਼ ਕਰੋ ਕਿ ਨਿੱਕੀ ਨਿੱਕੀ ਗੱਲ 'ਤੇ ਕੋਈ ਵੀ ਰਿਸ਼ਤਾ ਨਾ ਟੁੱਟੇ। ਨੰਬਰ 10, ਕਦੇ ਵੀ ਕਿਸੇ ਜ਼ਰੂਰਤਮੰਦ ਨੂੰ ਆਪਣੀ ਚੌਕਟ 'ਤੇ ਜਲੀਲ ਨਾ ਕਰੋ, ਕਿਉਂਕਿ ਕਟੋਰਾ ਬਦਲ 'ਤੇ ਰੱਬ ਦੇਰ ਨਹੀਂ ਲਾਉਂਦਾ। ਨੰਬਰ 11, ਜਦੋਂ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਗੁਰੂ ਘਰ ਜਾਣਾ ਵੀ ਬੇਕਾਰ ਹੈ। ਨੰਬਰ 12, ਚੰਗੇ ਇਨਸਾਨ ਨਾਲ ਚੰਗਾ ਬਣੋ ਅਤੇ ਬੁਰੇ ਨਾਲ ਬੁਰਾ ਨਾ ਬਣੋ, ਕਿਉਂਕਿ ਹੀਰੇ ਨਾਲ ਹੀਰਾ ਤਾਂ ਤਰਾਸ਼ਿਆ ਜਾਂਦਾ ਹੈ ਪਰ ਚਿੱਕੜ ਨਾਲ ਚਿੱਕੜ ਸਾਫ਼ ਨਹੀਂ ਹੁੰਦਾ, ਇਸ ਲਈ ਕਿਸੇ ਨਾਲ ਕਦੇ ਵੀ ਬੁਰਾ ਨਾ ਕਰੋ। ਨੰਬਰ 13, ਕਦੇ ਵੀ ਹਾਰ ਨਾ ਮੰਨੋ, ਕੀ ਪਤਾ ਅਗਲੀ ਕੋਸ਼ਿਸ਼ ਕਰਨ ਨਾਲ ਕਾਮਯਾਬ ਵੀ ਮਿਲ ਜਾਵੇ। ਨੰਬਰ 14, ਅਕਲ ਉਮਰ ਨਾਲ ਨਹੀਂ ਮੁਸੀਬਤਾਂ ਦਾ ਸਾਹਮਣਾ ਕਰਨ ਨਾਲ ਆਉਂਦੀ ਹੈ। ਨੰਬਰ 15, ਮਨ ਵਿੱਚ ਹਮੇਸ਼ਾ ਜਿੱਤ ਦੀ ਆਸ ਰੱਖੋ, ਕਰਮ ਬਦਲਣ ਚਾਹੇ ਨਾ ਬਦਲਣ ਪਰ ਸਮਾਂ ਜ਼ਰੂਰ ਬਦਲਦਾ ਹੈ। ਨੰਬਰ 16, ਝੂਠ ਬੋਲਣਾ ਸ਼ੁਰੂ ਵਿੱਚ ਸੌਖਾ ਲੱਗਦਾ ਹੈ ਪਰ ਬਾਅਦ ਵਿੱਚ ਪਰੇਸ਼ਾਨੀ ਹੁੰਦੀ ਹੈ, ਪਰ ਸੱਚ ਬੋਲਣਾ ਸ਼ੁਰੂ ਵਿੱਚ ਔਖਾ ਲੱਗਦਾ ਹੈ ਪਰ ਬਾਅਦ ਵਿੱਚ ਸਕੂਨ ਦਿੰਦਾ ਹੈ। ਨੰਬਰ 17, ਸਿਆਣੇ ਲੋਕ ਕਹਿੰਦੇ ਹਨ, ਹੰਕਾਰੀ ਇਨਸਾਨ ਅੰਨੇ ਦੇ ਬਰਾਬਰ ਹੁੰਦਾ ਹੈ,
ਜਿਸ ਨੂੰ ਨਾ ਤਾਂ ਆਪਣੀ ਗਲਤੀ ਦਿਸਦੀ ਹੈ ਅਤੇ ਨਾ ਹੀ ਦੂਜਿਆਂ ਦੀ ਚੰਗਿਆਈ। ਨੰਬਰ 18, ਸੁਖੀ ਇਨਸਾਨ ਉਹੀ ਹੁੰਦਾ ਹੈ ਜਿਸ ਨੂੰ ਪਤਾ ਲੱਗ ਗਿਆ ਹੈ ਕਿ ਪੂਰੇ ਸੰਸਾਰ ਵਿੱਚ ਕੋਈ ਵੀ ਸੁਖੀ ਨਹੀਂ। ਨੰਬਰ 19, ਜ਼ਿੰਦਗੀ ਜਿਉਣ ਲਈ ਬਣੀ ਹੈ ਪਰ ਲੋਕਾਂ ਨੇ ਸੋਚਣ ਵਿੱਚ ਹੀ ਗੁਜ਼ਾਰ ਦਿੱਤੀ। ਨੰਬਰ 20, ਰੱਬ ਨੇ ਸਾਨੂੰ ਦੋ ਰਾਹ ਦਿੱਤੇ ਹਨ, ਜਾਂ ਤਾਂ ਛੱਡ ਕੇ ਜਾਓ ਜਾਂ ਫਿਰ ਦੇ ਕੇ ਜਾਓ, ਨਾਲ ਲੈ ਕੇ ਜਾਣ ਦਾ ਕੋਈ ਰਾਹ ਨਹੀਂ, ਇਸ ਲਈ ਹਮੇਸ਼ਾ ਖੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖੋ। ਨੰਬਰ 21, ਮਿਲਦਾ ਤਾਂ ਬਹੁਤ ਕੁਝ ਆ ਜ਼ਿੰਦਗੀ ਵਿੱਚ, ਪਰ ਅਸੀਂ ਗਿਣਤੀ ਉਸ ਦੀ ਕਰਦੇ ਹਾਂ ਜਿਹੜਾ ਸਾਨੂੰ ਨਹੀਂ ਮਿਲਿਆ ਜਾਂ ਫਿਰ ਅਸੀਂ ਹਾਸਿਲ ਨਹੀਂ ਕਰ ਸਕੇ। ਨੰਬਰ 22, ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰੋ। ਨੰਬਰ 23, ਜ਼ਿੰਦਗੀ ਵਿੱਚ ਦੋ ਨਿਯਮ ਜ਼ਰੂਰ ਰੱਖੋ, ਸੁੱਖ ਵੇਲੇ ਦੋਸਤ ਕੋਲ ਬਿਨਾਂ ਬੁਲਾਏ ਨਾ ਜਾਓ, ਪਰ ਮੁਸੀਬਤ ਆਉਣ 'ਤੇ ਬਿਨਾਂ ਬੁਲਾਉਣ ਦਾ ਇੰਤਜ਼ਾਰ ਨਾ ਕਰੋ। ਨੰਬਰ 24, ਜ਼ਿੰਦਗੀ ਵਿੱਚ ਤਿੰਨ ਲੋਕਾਂ ਨੂੰ ਹਮੇਸ਼ਾ ਯਾਦ ਰੱਖੋ, ਮੁਸੀਬਤ ਵਿੱਚ ਸਾਥ ਦੇਣ ਵਾਲੇ, ਮੁਸੀਬਤ ਵਿੱਚ ਸਾਥ ਛੱਡ ਦੇਣ ਵਾਲੇ ਅਤੇ ਮੁਸੀਬਤ ਵਿੱਚ ਪਾਉਣ ਵਾਲੇ। ਨੰਬਰ 25, ਦਿਖਾਵਾ ਅਤੇ ਝੂਠ ਬੋਲ ਕੇ ਦੋਸਤ ਬਣਾਉਣ ਨਾਲੋਂ ਸੱਚ ਬੋਲ ਕੇ ਦੁਸ਼ਮਣ ਬਣਾ ਲਓ, ਤੁਹਾਡੇ ਨਾਲ ਕਦੇ ਵੀ ਧੋਖਾ ਨਹੀਂ ਹੋਵੇਗਾ। ਨੰਬਰ 26, ਵਕਤ ਅਤੇ ਆਪਣੇ ਜਦੋਂ ਇੱਕ ਸਮੇਂ ਝੂਠ ਪਹੁੰਚਾਉਣ ਤਾਂ ਇਨਸਾਨ ਬਾਹਰੋਂ ਨਹੀਂ ਅੰਦਰੋਂ ਟੁੱਟ ਜਾਂਦਾ ਹੈ। ਨੰਬਰ 27, ਜ਼ਿਆਦਾ ਕੁਝ ਨਹੀਂ ਬਦਲਿਆ ਜ਼ਿੰਦਗੀ ਵਿੱਚ, ਬਸ ਬਟੂਏ ਭਾਰੇ ਹੋ ਗਏ ਨੇ ਅਤੇ ਰਿਸ਼ਤੇ ਥੋੜ੍ਹੇ ਹਲਕੇ। ਨੰਬਰ 28, ਅੱਜ ਦੀ ਸੱਚਾਈ ਇਹ ਹੈ, ਫੇਸਬੁੱਕ ਵਟਸਐਪ 'ਤੇ 400 ਤੋਂ ਜ਼ਿਆਦਾ ਦੋਸਤ ਹਨ, ਪਰ ਅਸਲ ਜ਼ਿੰਦਗੀ ਵਿੱਚ ਗੁਆਂਢੀਆਂ ਨਾਲ ਵੀ ਬੋਲਚਾਲ ਬੰਦ ਹੈ। ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ।